ਹੈਲੋ ਜੀ, ਕੀ ਹਾਲ ਚਾਲ? ਮੇਰਾ ਨਾਮ ਸੁਨਮੀਤ ਸਿੰਘ। ਸਭ ਨੂੰ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਜੋ ਹਾਲਾਤ ਹੋਏ ਨੇ ਉਹ ਕਾਫੀ ਜ਼ਿਆਦਾ ਬੁਰੇ ਨੇ ਇਸ ਟਾਈਮ 'ਤੇ, ਅਤੇ ਇਸ ਟਾਈਮ ਆਪਸੀ ਰੰਜਿਸ਼ਾਂ ਛੱਡ ਕੇ ਸਾਰੇ ਜਣੇ ਇੱਕਜੁੱਟ ਹੋ ਕੇ ਇਸ ਹਾਲਾਤਾਂ ਨੂੰ ਨਿਬੜਨ ਦੀ ਕੋਸ਼ਿਸ਼ ਕਰੋ, ਨਿਬੇੜਨ ਦੀ ਕੋਸ਼ਿਸ਼ ਕਰੋ। ਠੀਕ ਹੈ, ਮੈਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਅੱਜ ਸ਼ੇਅਰ ਕਰਨੀਆਂ ਅੱਜ ਦੀ ਵੀਡੀਓ 'ਚ। ਇੰਸਟਾਗ੍ਰਾਮ ਤੋਂ ਕੁਝ ਕੁ ਮੈਂ ਵੀਡੀਓਜ਼ ਰੱਖੀਆਂ ਹੋਈਆਂ, ਕੁਝ ਇਨਫੋਰਮੇਸ਼ਨਸ ਆ ਉਹ ਰੱਖੀਆਂ ਹੋਈਆਂ, ਅਤੇ ਬਾਕੀ ਕੁਝ ਗੱਲ ਕਰਦੇ ਹਾਂ ਕਿ ਤੁਸੀਂ ਕਿੱਦਾਂ ਡੋਨੇਟ ਕਰ ਸਕਦੇ ਹੋ। ਜਿਸ ਤਰ੍ਹਾਂ ਮੈਂ ਮਤਲਬ ਅਸੀਂ ਡੋਨੇਟ ਕੀਤਾ ਉਸੇ ਤਰ੍ਹਾਂ ਤੁਸੀਂ ਵੀ ਕਰ ਸਕਦੇ ਹੋ। ਜਿਹੜੇ ਲੋਕ ਇੰਡੀਆ ਤੋਂ ਆ ਉਹ ਕਿੱਦਾਂ ਕਰ ਸਕਦੇ ਆ, ਕਿਉਂਕਿ ਇੰਡੀਆ ਵਾਲੇ ਡਾਇਰੈਕਟਲੀ ਪਾਕਿਸਤਾਨ ਦੇ ਅਕਾਊਂਟਸ ਦੇ ਵਿੱਚ ਟ੍ਰਾਂਜੈਕਸ਼ਨਸ ਨਹੀਂ ਕਰ ਸਕਦੇ, ਪਰ ਆਪਾਂ ਮਤਲਬ ਇੱਕ ਜ਼ਰੀਆ ਹੈਗਾ, ਜਿਹੜਾ ਜ਼ਰੀਆ ਕੀ ਹੈ ਉਹ ਤੁਹਾਨੂੰ ਮੈਂ ਦੱਸਦਾ ਕਿ ਤੁਸੀਂ ਇੰਡੀਆ ਵਾਲੇ ਜਿਹੜੇ ਲੋਕ ਆ ਆਪਣੇ ਪੰਜਾਬੀ ਭਰਾ, ਤੁਸੀਂ ਪਾਕਿਸਤਾਨ ਦੇ ਲੋਕਾਂ ਦੀ ਹੈਲਪ ਕਿਵੇਂ ਕਰ ਸਕਦੇ ਆ। ਬਾਕੀ ਜਿਹੜੇ ਭਗਤ ਹੈ ਉਹ ਇਸ ਵੀਡੀਓ ਤੋਂ ਦੂਰ ਹੋ, ਠੀਕ ਹੈ, ਨਹੀਂ ਤਾਂ ਮੈਂ ਬਲੌਕ ਕਰ ਦੂੰਗਾ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜੋ ਖਾਲਸਾ ਏਡ ਹੈ, ਇੱਕ ਸਿੱਖ ਔਰਗਨਾਈਜੇਸ਼ਨ ਹੈ ਦੁਨੀਆ ਦੇ ਵਿੱਚ। ਇੱਕ ਮਿੰਟ, ਉਹਨਾਂ ਦਾ ਆਹ ਜਿਹੜਾ ਇੰਸਟਾਗ੍ਰਾਮ ਤੁਸੀਂ ਦੇਖ ਰਹੇ ਹੋ, ਠੀਕ ਹੈ, ਦੁਨੀਆ ਦੇ ਵਿੱਚ ਕਿਤੇ ਵੀ, ਮਤਲਬ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਜੇਕਰ ਕੋਈ ਵਿਪਤਾ ਆਉਂਦੀ ਹੈ, ਕੋਈ ਕੁਦਰਤੀ ਕਰੋਪੀ ਹੁੰਦੀ ਹੈ, ਜਾਂ ਯੁੱਧ ਹੁੰਦੇ ਹੈ ਸੀਰੀਆ ਵਗੈਰਾ 'ਚ ਜਾਂ ਇਜ਼ਰਾਈਲ ਵਗੈਰਾ 'ਚ, ਠੀਕ ਹੈ, ਤਾਂ ਉਦੋਂ ਜਿਹੜੇ ਉੱਥੋਂ ਦੇ ਪੀੜਿਤ ਲੋਕ ਹੁੰਦੇ ਆ ਉਹਨਾਂ ਦੀ ਹੈਲਪ ਕਰਦੇ ਆ, ਉੱਥੇ ਜਾ ਕੇ ਪਹੁੰਚ ਕੇ ਲੰਗਰ ਦਿੰਦੇ ਆ, ਉਹਨਾਂ ਨੂੰ ਸ਼ੈਲਟਰ ਦਿੰਦੇ ਆ, ਫੂਡ ਕਿੱਟਸ ਦਿੰਦੇ ਆ, ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ। ਦੁਨੀਆ ਦੇ ਵਿੱਚ ਇਹੋ ਜਿਹੀਆਂ ਕਈ ਥਾਵਾਂ ਹੈ ਜਿੱਥੋਂ ਦੇ ਲੋਕਾਂ ਨੂੰ ਸਾਫ਼ ਪਾਣੀ ਨਹੀਂ ਮਿਲਦਾ, ਉੱਥੋਂ ਦੇ ਲੋਕਾਂ ਨੂੰ ਜਾ ਕੇ ਉੱਥੇ ਪੰਪਸ ਹੈ ਜਿਹੜੇ ਹੈਂਡ ਪੰਪਸ ਨਲਕੇ ਵਗੈਰਾ ਲਗਵਾਉਂਦੇ ਆ, ਉਹਨਾਂ ਨੂੰ ਸਾਫ਼ ਪਾਣੀ ਦਿੰਦੇ ਆ। ਅਤੇ ਤੁਸੀਂ ਇਹ ਦੇਖੋ ਕਿ ਇਹ ਇੱਕ ਜਿਹੜੀ ਇਹ ਚੀਜ਼ ਹੈ, ਇਹ ਮੈਨੂੰ ਲੱਗਦਾ ਕਿ ਦੁਨੀਆ ਦੀ ਬਹੁਤ ਸਾਰੀਆਂ ਸਰਕਾਰਾਂ ਜਿਹੜੀਆਂ ਉਹ ਨਹੀਂ ਕਰ ਪਾਉਂਦੀਆਂ ਜਿਹੜਾ ਕੰਮ ਇਹ ਕਰ ਰਹੇ ਆ, ਠੀਕ ਹੈ, ਕਿਉਂਕਿ ਸਰਕਾਰਾਂ ਕਾਫੀ ਬੰਦਿਸ਼ਾਂ ਵਿੱਚ ਹੁੰਦੀਆਂ, ਐਂਡ ਨਾ ਹੀ ਕੋਈ ਅੱਗੇ ਹੋ ਕੇ ਇੰਨਾ ਕਰਦਾ, ਮਨੁੱਖਤਾ ਦੀ ਸੇਵਾ ਕਰਦਾ। ਇਹ ਜਿਹੜਾ ਖਾਲਸਾ ਏਡ ਦਾ ਕੰਸੈਪਟ ਹੈ, ਇਹ ਕੰਸੈਪਟ ਆਇਆ ਭਾਈ ਘਨੱਈਆ ਜੀ ਤੋਂ। ਸਾਡੇ 10 ਗੁਰੂ ਸਾਹਿਬਾਨ ਜਦੋਂ ਯੁੱਧ ਹੋਏ, ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਜਿਹੜੀਆਂ ਯੁੱਧ ਲੜੇ ਗਏ ਹੈ, ਉਹਨਾਂ ਦੇ ਵਿੱਚ ਭਾਈ ਘਨੱਈਆ ਜੀ ਹੁੰਦੇ ਸੀ। ਭਾਈ ਘਨੱਈਆ ਜੀ ਜਦੋਂ ਮੁਗਲਾਂ ਨਾਲ ਜਾਂ ਪਠਾਨਾਂ ਨਾਲ ਜਾਂ ਉਸ ਟਾਈਮ ਦੇ ਜਿਹੜੇ ਗਲਤ ਲੋਕ ਸੀਗੇ ਉਹਨਾਂ ਨਾਲ ਜਦੋਂ ਯੁੱਧ ਹੋਏ, ਤਾਂ ਉੱਥੇ ਜਿਹੜੇ ਲੋਕ ਮਤਲਬ ਅਪੋਜ਼ਿਟ ਪਾਰਟੀ ਦੇ ਸੀ, ਮੰਨ ਲਓ ਮੁਗਲ ਸੀਗੇ ਜਿਹੜੇ, ਉਹਨਾਂ ਦੀ ਸੈਨਾ ਦੇ ਲੋਕ ਜਿਹੜੇ ਜ਼ਖਮੀ ਹੋਏ ਸੀ, ਭਾਈ ਘਨੱਈਆ ਜੀ ਉਹਨਾਂ ਨੂੰ ਵੀ ਮਰਮ ਪੱਟੀ ਕਰ ਰਹੇ ਸੀ, ਉਹਨਾਂ ਨੂੰ ਪਾਣੀ ਪਿਆ ਰਹੇ ਸੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਹ ਚੀਜ਼ ਕਿਉਂ ਕਰ ਰਹੇ ਹੋ, ਉਹ ਕਹਿੰਦੇ ਮੈਂ ਇਹ ਨਹੀਂ ਦੇਖ ਰਿਹਾ ਕਿ ਇਹ ਲੋਕ ਕਿਹੜੇ ਹੈ, ਕਹਿੰਦੇ ਮੈਂ ਇਹ ਦੇਖ ਰਿਹਾ ਰੱਬ ਦਾ ਬੰਦਾ, ਠੀਕ ਹੈ, ਇਨਸਾਨ ਹੈ ਅਤੇ ਇਹਨੂੰ ਹੈਲਪ ਦੀ ਲੋੜ ਹੈ, ਮੈਂ ਹੈਲਪ ਕਰ ਰਿਹਾ। ਮਤਲਬ ਇੱਕ ਵਾਰੀ ਯੁੱਧ ਹੋਣਾ ਸੀ, ਹੋ ਗਿਆ, ਬਟ ਉਸ ਤੋਂ ਬਾਅਦ ਜਿਹੜੀ ਉਹਦੀ ਆਊਟਕਮ ਆ ਉਹ ਦੇਖੋ, ਉਹਦੇ 'ਚੋਂ ਕਿੰਨਾ ਵਧੀਆ ਮੈਸੇਜ ਆ ਰਿਹਾ ਕਿ ਮੈਂ ਗੁਰੂ ਨਾਨਕ ਦੇ ਘਰ ਦਾ ਬੰਦਾ ਅਤੇ ਮੈਂ ਸਭ ਦਾ ਚੰਗਾ ਸੋਚਦਾ। ਸੋ ਉਸ ਕੰਸੈਪਟ ਨੂੰ ਇਹ ਅੱਗੇ ਲੈ ਕੇ ਜਾ ਰਿਹਾ ਖਾਲਸਾ ਹੈਡ। ਕੋਈ ਧਰਮ, ਜਾਤ ਪਾਤ, ਉੱਚਾ ਨੀਵਾਂ ਕੁਛ ਨਹੀਂ ਦੇਖਦੇ, ਇਹਨਾਂ ਨੂੰ ਸਿਰਫ ਦੇਖਦਾ ਕਿ ਇੱਕ ਕੋਈ ਸ਼ਖਸ ਹੈ, ਇਨਸਾਨ ਹੈ ਤਾਂ ਉਹਨੂੰ ਹੈਲਪ ਦੀ ਲੋੜ ਹੈ। ਸੋ ਇਹਨਾਂ ਨੇ ਆਪਣੇ ਜਿਹੜਾ ਇੰਸਟਾ 'ਤੇ ਕੁਝ ਪੋਸਟ ਸ਼ੇਅਰ ਕੀਤੀਆਂ ਸੀ ਇਹਨਾਂ ਨੂੰ, ਕਿਉਂਕਿ ਜਿੱਦਾਂ ਇਹਨਾਂ ਨੂੰ ਪਤਾ ਲੱਗਾ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਫਲੱਡ ਆਇਆ, ਦੇਖੋ ਇਹਨਾਂ ਨੇ ਆਪਣੇ ਚੈਨਲ 'ਤੇ ਆਪਣੇ ਇੱਥੇ ਪੋਸਟ ਪਾਈ ਸੀ ਪਹਿਲਾਂ, ਪਾਕਿਸਤਾਨ ਫਲੱਡਸ, ਖਾਲਸਾ ਏਡ ਇਜ਼ ਅਰੇਂਜਿੰਗ ਐਡ ਇਨ ਦਾ ਫਲੱਡਸ ਹਿੱਟ ਏਰੀਆ ਆਫ ਪਾਕਿਸਤਾਨ, ਠੀਕ ਹੈ। ਐਂਡ ਉਸ ਤੋਂ ਬਾਅਦ ਪੰਜਾਬੀ ਲਹਿਰ ਵਾਲੇ ਬਾਈ ਨਾਸਰ ਢਿੱਲੋਰੀ ਤੇ ਵਕਾਰ ਵੀਰਾ ਪਲੈਨ ਉਟੇ ਕੀਤਾ ਕਿ ਅਸੀਂ ਫੈਸਲਾਬਾਦ ਤੋਂ ਲਾਹੌਰ ਤੋਂ ਨਨਕਾਣਾ ਸਾਹਿਬ ਤੋਂ ਜਾਣਾ ਹੈ, ਇਹਨਾਂ ਸਾਈਡਾਂ ਤੋਂ ਅਸੀਂ ਜਿਹੜੀ ਆਪਣੀ ਪਰਚੇਜ਼ਿੰਗ ਹੈ ਉਹ ਮੁਲਤਾਨ ਤੋਂ ਕਰਾਂਗੇ, ਤਾਂ ਕਿ ਸਾਨੂੰ ਫਰੇਟ ਜਿਹੜਾ ਕਿਰਾਇਆ ਘੱਟ ਪਵੇ, ਘੱਟ ਤੋਂ ਘੱਟ ਕਿਰਾਇਆ ਪਵੇ ਅਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਮਾਨ ਜਿਹੜਾ ਵਾ ਅੱਗੇ ਲੈ ਕੇ ਜਾ ਸਕੀਏ। ਸੋ ਹੋਰ ਦੋਸਤ ਵੀ ਜਿੰਨੇ ਜੁੜਨਾ ਚਾਹੁੰਦੇ ਹੋ ਅਸੀਂ ਨੰਬਰ ਵਗੈਰਾ ਜਿਹੜੇ ਉਹ ਸ਼ੇਅਰ ਕਰਾਂਗੇ, ਜਿਹੜੇ ਸਾਡੇ ਪਾਕਿਸਤਾਨ ਤੋਂ ਨੇ, ਜਿਹੜੇ ਬਾਹਰੋਂ ਸਾਨੂੰ ਵੇਖਣ ਵਾਲੇ ਨੇ, ਅਮੈਰੀਕਾ, ਕੈਨੇਡਾ ਜਾਂ ਹੋਰ ਮੁਲਕਾਂ ਤੋਂ ਵੇਖਣ ਵਾਲੇ, ਉਹਨਾਂ ਵਾਸਤੇ ਵੀ ਅਸੀਂ ਉੱਥੋਂ ਦੇ ਨੰਬਰ ਜਿਹੜੇ ਨੇ ਸ਼ੇਅਰ ਕਰਾਂਗੇ। ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਉਹ ਜਿਹੜੇ ਅਕਾਊਂਟ ਅਸੀਂ ਮੈਨਸ਼ਨ ਕੀਤੇ ਨੇ, ਜਿਹੜੇ ਨੰਬਰ ਮੈਨਸ਼ਨ ਕੀਤੇ ਨੇ, ਉਹਨਾਂ ਤੱਕ ਪਹੁੰਚਾਓ। ਸੋ ਅਸੀਂ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਵਾ ਸਮਾਨ ਲੈ ਕੇ ਉਹ ਜਾ ਸਕੀਏ ਉੱਥੇ ਤੱਕ। ਸੋ ਖਾਲਸਾ ਏਡ ਦੀ ਗੱਲ ਕਰਨ ਡੇ ਸੀ ਭਾਈ ਸਾਹਿਬ, ਮੈਂ ਜੀ ਜ਼ਰੂਰ ਖਾਲਸਾ ਏਡ ਨੂੰ ਵੀ ਜਿਹੜਾ ਵਾ ਟੈਗ ਕੀਤੀ ਸੀ ਆਪਣੀ ਇਹ ਪੋਸਟ, ਕਿ ਖਾਲਸਾ ਏਡ ਵਾਸਤੇ ਅਸੀਂ ਵਲੰਟੀਅਰ ਉਹਨਾਂ ਲਈ ਵੀ ਕੰਮ ਕਰਨ ਲਈ ਤਿਆਰ ਹਾਂ, ਕਿਉਂਕਿ ਅਸੀਂ ਆਪਣੇ ਤੌਰ 'ਤੇ ਤਾਂ ਕਰ ਹੀ ਰਹੇ ਹਾਂ। ਜੇ ਖਾਲਸਾ ਏਡ ਦਾ ਨਾਂ ਲੱਗੇਗਾ ਤਾਂ ਇੱਕ ਮੈਸੇਜ ਵੀ ਵਧੀਆ ਜਾਏਗਾ, ਉਸ ਤੋਂ ਬਾਅਦ ਇੱਕ ਸੌਫਟ ਮੈਸੇਜ ਅਸੀਂ ਦੇਖੋ ਇਹਨਾਂ ਨੇ ਇਹ ਪੋਸਟ ਪਾਈ। ਉਸ ਤੋਂ ਬਾਅਦ ਜਿਹੜਾ ਖਾਲਸਾ ਏਡ ਦੇ ਜੋ ਰਵੀ ਸਿੰਘ ਨੇ, ਜੋ ਫਾਊਂਡਰ ਨੇ ਖਾਲਸਾ ਏਡ ਦੇ, ਉਹਨਾਂ ਦੀ ਇੱਕ ਵੀਡੀਓ ਤੁਹਾਨੂੰ ਮੈਂ ਦਿਖਾਉਣਾ। ਹਾਂ ਦੇਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਪਈ ਹੁਣ ਪੰਜਾਬ ਪਾਕਿਸਤਾਨ ਦੇ ਵੱਲ ਜਿਹੜੇ ਪਈ ਹੜ ਆਏ ਆ,
ਤੇ ਉਹਦੇ ਵਿੱਚ ਜਿਹੜੀ ਭਈ ਸੇਵਾ ਚੱਲਣ ਲੱਗੀ ਆ ਤੇ ਅਸੀਂ ਸੇਵਾ ਵੀ ਔਰਗਨਾਈਜ਼ ਕਰ ਰਹੇ ਹਾਂ ਉਹਦੀ ਮਾੜੀ ਅਪਡੇਟ ਦੇਵਾਂਗੇ। ਪਹਿਲਾਂ ਤਾਂ ਗੱਲ ਆ ਸਾਡੀਆਂ ਟੀਮਾਂ ਪਿਛਲੇ ਹਫ਼ਤੇ ਤੋਂ ਉੱਥੇ ਕੋਂਟੈਕਟ ਬਣਾ ਰਹੀਆਂ ਪਾਕਿਸਤਾਨ ਦੇ ਵਿੱਚ ਭਈ ਅਸੀਂ ਕਿਹਨਾਂ ਕੰਮ ਕਰਨਾ ਕਿਹਨਾਂ ਨਹੀਂ ਕਰਨਾ ਕਿੱਥੇ ਕੰਮ ਕਰਨਾ ਕੀ ਪਲੈਨ ਬਣਨਾ। ਅਤੇ ਅਚਾਨਕ ਹੀ ਸਾਨੂੰ ਅੱਜ ਇੱਕ ਹੈਗੀ ਆ ਗਰੁੱਪ ਲਾਹੌਰ ਪੰਜਾਬ ਲਹਿਰ ਅਤੇ ਉਹਦੇ ਨਾਸਰ ਭਾਈ ਪੰਜਾਬੀ ਭਾਈ ਆ ਉਹਨਾਂ ਨੇ ਵੀ ਸਾਨੂੰ ਕੋਂਟੈਕਟ ਕੀਤਾ ਵੀ ਉਹਦੀ ਸੇਵਾ ਕਰਨ ਲੱਗੇ ਵਾ। ਅਤੇ ਸਾਡੇ ਇੱਕ ਹੋਰ ਮੀਡੀਆ ਵੱਲੋਂ ਵੀ ਇੱਕ ਸਾਨੂੰ ਮੈਸੇਜ ਆਇਆ ਵੀ ਉਹ ਵੀ ਕੁਛ ਕਰਨ ਲੱਗੇ ਆ ਲਾਹੌਰ ਤੋਂ ਭਈ ਜੇ ਖਾਲਸਾ ਐਡ ਕੁਛ ਕਰੇ। ਇਹ ਜਿਹੜੇ ਮੁੰਡੇ ਜਿਹੜੇ ਲਾਹੌਰ ਤੋਂ ਜਿਹੜੇ ਪੰਜਾਬੀ ਲਹਿਰ ਨਾਸਰ ਹੋਣੀ ਅਤੇ ਭੁਪਿੰਦਰ ਹੋਣੀ ਇਹਨਾਂ ਦੇ ਗਰੁੱਪ ਦਾ ਇਹਨਾਂ ਨੇ ਫੇਸਬੁੱਕ 'ਤੇ ਪਾਇਆ ਸੀਗਾ ਵਾਹਿਗੁਰੂ ਜੀ ਕਾ ਖਾਲਸਾ। ਸੋ ਇਹ ਦੇਖੋ ਇਹ ਇਹਨਾਂ ਦਾ ਕਨਵੇ ਕਰਨ ਦਾ ਤਰੀਕਾ ਇਹ ਹੈ ਕਿ ਉਸ ਤੋਂ ਬਾਅਦ ਦੇਖੋ ਇੱਕ ਜਿਹੜਾ ਇਹਨਾਂ ਨੇ ਇੱਕ ਹੋਰ ਪੋਸਟ ਪਾਈ ਹੈ ਪੰਜਾਬੀ ਲਹਿਰ ਨੇ ਜਿਹਦੇ ਵਿੱਚ ਮਤਲਬ ਇਹ ਦੋਨੋਂ ਮਿਲ ਗਏ ਇਹਨਾਂ ਦਾ ਜਿਹੜਾ ਮਤਲਬ ਗੱਲਬਾਤ ਹੋ ਗਈ ਹੈ ਅਤੇ ਹੁਣ ਜਿਹੜਾ ਇਹ ਅੱਗੇ ਪ੍ਰੋਸੈਸ ਕਰ ਰਹੇ ਹੈ ਅਤੇ ਉਹਦੇ ਵਿੱਚ ਕੀ ਹੋਏਗਾ ਕਿ ਜਿੰਨੇ ਵੀ ਲੋਕ ਉਹਨਾਂ ਨੂੰ ਫੂਡ ਕਿੱਟਸ ਵਗੈਰਾ ਜਾਂ ਕਿਸੇ ਟਾਈਪ ਦੀ ਵੀ ਜਿਹੜੀ ਲੋੜ ਹੋਏਗੀ ਉਹ ਉਹਨਾਂ ਨੂੰ ਪਹੁੰਚਾਈ ਜਾਊਗੀ। ਸੋ ਵੀਡੀਓ ਹਜੇ ਅੱਗੇ ਹੋਰ ਵੀ ਹੈ, ਤੁਸੀਂ ਪੂਰੀ ਦੇਖਿਓ, ਮੈਂ ਤੁਹਾਨੂੰ ਹੋਰ ਦੱਸਦਾ। ਪਰ ਉਸ ਤੋਂ ਪਹਿਲਾਂ ਤੁਸੀਂ ਖਾਲਸਾ ਏਡ ਨੂੰ ਮਤਲਬ ਜਿਹੜੇ ਇੱਧਰਲੇ ਲੋਕ ਆ, ਠੀਕ ਹੈ, ਕਿਉਂਕਿ ਤੁਸੀਂ ਡਾਇਰੈਕਟ ਤੁਸੀਂ ਮੈਨੂੰ ਸਾਰਿਆਂ ਨੇ ਮੈਸੇਜ ਕਰੇ ਕਿੱਦਾਂ ਡੋਨੇਟ ਕਰੀਏ, ਅਤੇ ਕਿਉਂਕਿ ਸਾਰਿਆਂ ਨੇ ਮੈਨੂੰ ਕਹਿ ਰਹੇ ਸੀਗੇ, ਬਟ ਹੋ ਸਕਦਾ ਮੈਂ ਵੀ ਕੋਈ ਇਹਦਾ ਹੀਲਾ ਵਸੀਲਾ ਕਰਾਂ। ਬਟ ਫੋਰ ਦਾ ਟਾਈਮ ਤੁਸੀਂ ਕੀ ਕਰਨਾ, ਤੁਸੀਂ ਖਾਲਸਾ ਏਡ ਦੀ ਇਸ ਵੈਬਸਾਈਟ 'ਤੇ ਜਾਣਾ, ਚਾਹੇ ਇੰਸਟਾਗ੍ਰਾਮ ਤੋਂ ਖੋਲੋ ਜਾਂ ਗੂਗਲ ਕਰ ਲਓ, ਖਾਲਸਾ ਏਡ ਦੀ ਜਿਹੜਾ ਲਿੰਕ ਹੈ ਇੱਥੇ ਦਿੱਤਾ ਹੋਇਆ, ਇਹਨਾਂ ਦੀ ਵੈਬਸਾਈਟ ਖੋਲ ਜਾਣੀ ਹੈ। ਕਿਹੜੀ ਕੰਟਰੀ ਤੋਂ ਹੋ ਤੁਸੀਂ ਉਹ ਵੀ ਇੱਥੇ ਆ ਜਾਊਗਾ। ਜੇਕਰ ਤੁਸੀਂ ਪਾਕਿਸਤਾਨ ਤੋਂ ਵੀ ਇਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਰੈਸਟ ਆਫ ਦਾ ਵਰਲਡ ਆ ਜਾਏਗਾ, USD ਡੋਲਰ ਆਪੇ ਕਨਵਰਟ ਹੋ ਕੇ ਜਿਹੜਾ ਹੋ ਜਾਏਗਾ। ਅਤੇ ਬਾਏ ਚੈੱਕ, ਚਲੋ ਇਹ ਲੌਂਗ ਪ੍ਰੋਸੈਸ ਹੋ ਜਾਣੇ ਆ, ਬਟ ਸਭ ਤੋਂ ਈਜ਼ੀ ਵੇ ਆ ਜਿਹੜੇ ਲੋਕ ਇੰਡੀਆ 'ਚ ਰਹਿੰਦੇ ਆ, ਤੁਸੀਂ ਇੰਡੀਆ ਦਾ ਇੱਥੇ ਕਲਿੱਕ ਕਰੋਗੇ ਤਾਂ ਉਸ ਤੋਂ ਬਾਅਦ ਤੁਸੀਂ ਪੇਟੀਐਮ ਜਾਂ ਕਿਸੇ ਵੀ UPI ਤੋਂ ਜਿਹੜੀ ਪੇਮੈਂਟ ਆ ਉਹ ਕਰ ਸਕਦੇ ਹੋ ਈਜ਼ੀਲੀ, ਠੀਕ ਹੈ। ਇਹਦੇ 'ਚ ਮੈਂ ਗਾਈਜ਼ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ 1,000 ਰੁਪਇਆ ਕਰੋ, 2,000 ਰੁਪਇਆ ਕਰੋ। ਗਾਈਜ਼ ਤੁਸੀਂ ਆਪਣੀ ਪੋਕਿਟ ਮਨੀ ਦੇ ਵਿੱਚੋਂ 10 ਰੁਪਏ ਵੀ ਕਰ ਸਕਦੇ ਹਾਂ, 50 ਰੁਪਏ ਵੀ ਕਰ ਸਕਦੇ ਹਾਂ, 100 ਰੁਪਏ ਵੀ ਕਰ ਸਕਦੇ ਹਾਂ। ਸੋ ਪਲੀਜ਼ ਇਹਨਾਂ ਨੂੰ ਸਪੋਰਟ ਕਰੋ ਤਾਂ ਜੋ ਜਿਹੜੇ ਇਹਨਾਂ ਤੱਕ ਜਿਹੜੇ ਮਤਲਬ ਇਹ ਪੈਸੇ ਪਹੁੰਚ ਸਕਣ ਅਤੇ ਉਹਨਾਂ ਪੈਸਿਆਂ ਦਾ ਇਹਨਾਂ ਨੇ ਇੱਕ ਪ੍ਰੋਪਰ ਜਿਹੜਾ ਉੱਥੇ ਕੰਮ ਕਰਨਾ, ਠੀਕ ਹੈ। ਐਂਡ ਇਹ ਨਾ ਸੋਚੋ ਕਿ ਤੁਹਾਡਾ ਪੈਸਾ ਕਿਤੇ ਗਲਤ ਜਗ੍ਹਾ 'ਤੇ ਜਾਣਾ, ਇਹ ਖਾਲਸਾ ਏਡ ਸਭ ਨੂੰ ਪਤਾ ਕਿ ਇਹਨਾਂ ਨੇ ਕਿੰਨੇ ਵਧੀਆ ਵਧੀਆ ਕੰਮ ਕੀਤੇ ਆ। ਸੋ ਪਲੀਜ਼ ਜਾ ਕੇ ਇਹਨਾਂ ਨੂੰ ਸਪੋਰਟ ਕਰੋ, ਇਹ ਉੱਥੇ ਜਾ ਕੇ ਆਪੇ ਜਿਹੜਾ ਆਪਣਾ ਅੱਗੇ ਸਿਸਟਮ ਆ ਉਹ ਦੇਖ ਲੈਣਗੇ, ਜਿਹੜੇ ਉੱਥੋਂ ਦੇ ਲੋਕ ਜਿਹੜੇ ਵਿਚਾਰੇ ਕਿੰਨੇ ਜ਼ਖਮੀ ਆ, ਕਿੰਨੇ ਪਾਣੀ 'ਚ ਰੁੜ ਗਏ ਆ, ਕਿੰਨੇ ਜਾਨਵਰ ਰੁੜ ਗਏ ਆ, ਫਸਲਾਂ ਤਬਾਹ ਹੋ ਗਈਆਂ, ਜਿਨ੍ਹਾਂ ਨੇ ਕਣਕ ਦਾ ਸਟੋਕ ਰੱਖਿਆ ਸੀ ਉਹ ਖਰਾਬ ਹੋ ਗਿਆ, 1,000 ਏਕੜ ਜ਼ਮੀਨ ਬਰਬਾਦ ਹੋ ਗਈ ਹੈ, ਠੀਕ ਹੈ। ਕਿਸੇ ਨੇ ਆਪਣੀ ਔਲਾਦ ਖੋਲ੍ਹੀ ਹੈ, ਕਿਸੇ ਨੇ ਮਾਂ ਪਿਓ ਖੋਲ੍ਹਿਆ, ਅਤੇ ਮਤਲਬ ਇਹ ਇੱਕ ਔਖਾ ਟਾਈਮ ਹੈ ਯਾਰ, ਤੁਸੀਂ ਇਹਨੂੰ ਪਲੀਜ਼ ਸਾਰਿਆਂ ਨੇ ਸਮਝਣ ਦੀ ਕੋਸ਼ਿਸ਼ ਕਰੋ। ਇਸ ਟਾਈਮ 'ਤੇ ਜਿਹੜੀ ਕਾਫੀ ਮੀਡੀਆ ਦੇ ਵਿੱਚ ਮਤਲਬ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਐਕਚੁਅਲੀ ਉਹਨਾਂ ਬਾਰੇ ਯਾਰ, ਆਪਾਂ ਐਵੇਂ ਉਹਨਾਂ ਨੂੰ ਕਿਉਂ ਹਾਈਪ ਕ੍ਰੀਏਟ ਕਰੀਏ। ਸੋ ਦੇਖੋ ਆਹ ਹੁਣ ਹਿੰਦੀ 'ਚ ਲਿਖਿਆ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ, ਇਹ ਹੁਣ ਮੈਨੂੰ ਨਹੀਂ ਪਤਾ ਇਹ ਸੱਚ ਹੈ ਕਿ ਨਹੀਂ। ਪਾਕਿਸਤਾਨ ਮੇਂ 500 ਕਿਲੋ ਮੇਂ ਟਮਾਟਰ, 400 ਕਿਲੋ ਮੇਂ ਪਿਆਜ਼, ਅਬ ਬਾਰਿਸ ਸੇ ਮਦਦ ਕੀ ਆਸ। ਆਈ ਡੋਂਟ ਨੋ, ਮੈਂ ਇਹਦੀ ਵੇਰੀਫਾਈ ਨਹੀਂ ਕਰਦਾ, ਇੰਡੀਅਨ ਮੀਡੀਆ ਤੋਂ ਇਹ ਜਿਹੜੀ ਇੱਕ ਖਬਰ ਹੈ, ਬਟ ਹਾਂ ਇੰਨਾ ਜ਼ਰੂਰ ਪਤਾ ਕਿ ਜਦੋਂ ਕਦੇ ਇਹੋ ਜਿਹੀ ਚੀਜ਼ ਹੁੰਦੀ ਹੈ, ਵਿਪਤਾ ਪੈਂਦੀ ਹੈ, ਤਾਂ ਕਈ ਲੋਕ ਉਹਦੇ 'ਚ ਵੀ ਆਪਣੇ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਆ। ਜਿਹੜੇ ਜੈਨੂਅਨ ਜਨਰਲ ਰੇਟਸ ਹੁੰਦੇ ਆ ਹਰ ਇੱਕ ਚੀਜ਼ ਦੇ, ਉਹਨਾਂ ਨੂੰ ਉਹ 3 ਗੁਣਾ 4 ਗੁਣਾ ਵਧਾ ਕੇ ਦੱਸਦੇ ਆ ਐਂਡ ਵੇਚਦੇ ਵੀ ਆ। ਹੁਣ ਆਈ ਡੋਂਟ ਨੋ ਕਿ ਕਿਹੜੇ ਏਰੀਆਜ਼ ਦੇ ਵਿੱਚ ਆ, ਪਾਕਿਸਤਾਨ ਦੇ ਵਿੱਚ ਬਲੋਚਿਸਤਾਨ ਦੇ ਵਿੱਚ ਤੌਂਸਾ ਸ਼ਰੀਫ, ਸਿੰਧ, ਠੀਕ ਹੈ, ਅਤੇ ਖੈਬਰ ਪਖਤੂਨਖਵਾ, ਇਹਨਾਂ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ, ਅਤੇ ਆਈ ਥਿੰਕ ਸਾਊਥ ਪੰਜਾਬ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ। ਪਾਕਿਸਤਾਨ ਫਲੱਡਸ ਆਰ ਸਟਿਲ ਔਨ ਗੋਇੰਗ, ਇਹ ਜਿਹੜੀ ਪੋਸਟ ਹੈਗੀ ਹੈ 1 ਘੰਟੇ ਪਹਿਲਾਂ ਦੀ ਹੈ, 1,136 ਪੀਪਲ ਹੈਵ ਡਾਈਡ, 33 million ਪੀਪਲ, 1 in 7 ਪਾਕਿਸਤਾਨੀਜ਼ ਆਰ ਇਫੈਕਟਡ, 1/3 ਆਫ ਦਾ ਕੰਟਰੀ ਇਜ਼ ਅੰਡਰ ਵਾਟਰ। ਸ਼ਿਟ ਯਾਰ, ਮਤਲਬ ਰੱਬ ਵੀ ਪਤਾ ਨਹੀਂ ਕੀ ਚਾਹੁੰਦਾ ਇਸ ਟਾਈਮ 'ਤੇ। ਹੁਣ ਜੇਕਰ ਤੁਸੀਂ ਇੱਦਾਂ ਦੀ ਆਹ ਪੋਸਟ ਦੇਖਦੇ ਹੋ, ਮੈਨੂੰ ਲੱਗਦਾ ਖੈਬਰ ਪਖਤੂਨਖਵਾ ਤੋਂ ਹੈਗੀ ਹੈ ਇਹ ਪੋਸਟ। ਫਲੱਡ ਹੈਜ਼ ਕੋਜ਼ 30 million ਪੀਪਲ ਹੋਮਲੈਸ, ਨੀਅਰਲੀ 900 ਪੀਪਲ ਡੈਡ। ਸ਼ਿਟ ਯਾਰ। ਸੋ ਆਹ ਹੈਲਪਲਾਈਨ ਵੀ ਦਿੱਤੀਆਂ ਹੋਈਆਂ ਇੱਥੇ, ਤੁਸੀਂ ਇਹ ਹੈਲਪਲਾਈਨ ਵੀ ਨੋਟ ਕਰ ਲਓ, ਅਤੇ ਇਹ ਇਹਨਾਂ ਹੈਲਪਲਾਈਨ 'ਤੇ ਤੁਸੀਂ ਕੰਟੈਕਟ ਵੀ ਕਰ ਸਕਦੇ ਆ ਜੇਕਰ ਤੁਹਾਨੂੰ ਕੁਛ ਪਤਾ ਲੱਗਦਾ। ਐਂਡ ਦੇਖੋ ਇਹਨਾਂ ਨੇ ਵੀ ਲਿਖਿਆ ਹੋਇਆ ਕਿ ਗਵਰਨਮੈਂਟ ਨੇ ਵੀ ਰਿਲੀਫ ਫੰਡਸ ਹੈ ਜਿਹੜੇ ਉਹ ਮਤਲਬ 999 'ਤੇ ਤੁਸੀਂ ਕਰ ਸਕਦੇ ਹੋ, ਠੀਕ ਹੈ, ਡੋਨੇਟ ਕਰ ਸਕਦੇ ਹੋ, ਜਸਟ 10 ਰੁਪੀਜ਼ ਵੀ ਕਰ ਸਕਦੇ ਹੋ। ਗਾਈਸ ਜੇਕਰ ਤੁਸੀਂ 10 ਰੁਪੀਜ਼ ਵੀ ਕਰੋਗੇ ਨਾ ਸਾਰੇ ਜਣੇ, ਤਾਂ ਉਹਦੇ ਨਾਲ ਵੀ ਬਹੁਤ ਫਰਕ ਪੈਣਾ, ਬਿਕੋਜ਼ ਪਾਕਿਸਤਾਨ ਦਾ ਜਿਹੜਾ ਸਰਕਾਰੀ ਖਜ਼ਾਨਾ ਉਹ ਵੈਸੇ ਹੀ ਬਹੁਤ ਮੰਦਾ,
ਬਹੁਤ ਕੰਮ ਖਰਾਬ ਚੱਲ ਰਿਹਾ, ਪੋਲੀਟੀਕਲ ਹਾਲਤ ਵੈਸੇ ਹੀ ਬੜੀ ਖਸਤਾ ਹੋਈ ਪਈ ਸੀ, ਉੱਤੋਂ ਚੱਕ ਕੇ ਇਹ ਆ ਗਿਆ ਤਾਂ ਸਾਰਿਆਂ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਪੈਣਾ। PM ਇਮਰਾਨ ਖਾਨ ਦਾ ਵੀ ਮੈਂ ਇੱਕ ਲਾਈਵ ਦੇਖ ਰਿਹਾ ਸੀਗਾ, ਉਹਦੇ ਵਿੱਚ ਵੀ ਕਾਫੀ ਸਾਰੇ ਲੋਕ ਹੈ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਉਹਨਾਂ ਨੂੰ ਮਤਲਬ ਫੰਡਸ ਭੇਜ ਰਹੇ ਹੈ, ਅਤੇ ਉਹਦੇ ਨਾਲ ਜਿਹੜੀ ਕਾਫੀ ਜਿਹੜੀ ਮਦਦ ਮਿਲਣੀ ਹੈ। ਠੀਕ ਹੈ, ਆਹ ਦੇਖੋ ਕਿੰਨੇ ਘਰਾਂ ਦੇ ਘਰ ਪੂਰੇ ਡੁੱਬੇ ਪਏ ਆ, ਆਹ ਦੇਖੋ ਪੂਰਾ ਘਰ ਡੁੱਬਿਆ ਪਿਆ ਛੱਤ ਤੱਕ, ਦੇਖੋ ਕਿੰਨਾ ਕਿੰਨਾ ਪਾਣੀ ਆਇਆ, ਮਤਲਬ 10-10 ਫੁੱਟ 11-11 ਫੁੱਟ ਪਾਣੀ ਜਮ੍ਹਾਂ ਹੋਇਆ ਪਿਆ। ਐਂਡ ਇਹ ਪਾਣੀ ਜਿਹੜਾ ਸਾਰਾ ਪਹਾੜਾਂ 'ਚੋਂ ਆਇਆ, ਦੇਖੋ ਇਹ ਛੋਟੇ ਛੋਟੇ ਬੱਚੇ ਆ ਯਾਰ, ਮਤਲਬ ਇਹਨਾਂ 'ਤੇ ਤਾਂ ਤਰਸ ਕਰੋ। ਇਹ ਜਿਹੜੇ ਮੀਡੀਆ ਵਾਲੇ ਖਬਰਾਂ ਦਿੰਦੇ ਆ ਨਾ ਲਾ ਕੇ ਕਿ ਜਲਮਗਨ ਹੁਆ ਹਿੰਦੁਸਤਾਨ, ਪਾਣੀ ਪਾਣੀ ਹੁਆ ਪਾਕਿਸਤਾਨ, ਮਤਲਬ ਵਟ ਦਾ ਹੈਲ ਯਾਰ, ਤੁਸੀਂ ਕੌਣ ਲੋਕ ਹੋ, ਤੁਸੀਂ ਤੁਹਾਨੂੰ ਆਹ ਚੀਜ਼ਾਂ ਨਹੀਂ ਦੇਖਦੀਆਂ। ਇਹ ਸ਼ੁਕਰ ਹੈ ਤਾਂ ਸੋਸ਼ਲ ਮੀਡੀਆ ਹੈਗਾ ਆਪਣੇ ਸਾਹਮਣੇ ਸੱਚ ਆ ਰਿਹਾ, ਨਹੀਂ ਤਾਂ ਜੀ ਮੀਡੀਆ ਜਾਵੇ ਤਾਂ ਨਫ਼ਰਤ ਹੀ ਬਹੁਤ ਫੈਲ ਜੇ। ਦੇਖੋ ਕਿੰਨਾ ਮਾੜਾ ਹਾਲ ਹੋਇਆ ਪਿਆ ਯਾਰ, ਹਰ ਪਾਸੇ ਮਾੜਾ ਹਾਲ ਹੋਇਆ ਪਿਆ, ਦੇਖੋ ਕਿੰਨਾ ਪਾਣੀ ਦਾ ਵਹਾਅ ਤੇਜ਼ ਹੈ। ਹੁਣ ਜੇਕਰ ਤੁਸੀਂ ਕਹੋ ਕਿ ਤੁਸੀਂ ਇਸ ਪਾਣੀ ਨੂੰ ਪਾਰ ਕਰਕੇ ਟੱਪ ਜਾਓਗੇ ਤਾਂ ਇਹ ਚੀਜ਼ ਪੋਸੀਬਲ ਹੈ ਕੋਈ? ਮਤਲਬ ਇੰਨਾ ਜ਼ਬਰਦਸਤ ਪਾਣੀ ਦਾ ਵਹਾਅ, ਜਦੋਂ ਕੁਦਰਤ ਹੈ ਕੁਦਰਤ ਦੇ ਅੱਗੇ ਬੰਦਾ ਨਹੀਂ ਜਿੱਤ ਪਾਉਂਦਾ। ਐਂਡ ਇਹਨਾਂ ਦਾ ਇੱਕ ਮੇਨ ਕਾਰਨ ਇਹ ਵੀ ਹੈ, ਬਚਾਅ ਵੀ ਹੋ ਸਕਦਾ ਸੀ ਜੇਕਰ ਪਾਕਿਸਤਾਨ ਦੇ ਵਿੱਚ ਡੈਮਸ ਹੁੰਦੇ। ਮੈਨੂੰ ਪਤਾ ਲੱਗਾ ਕਿ ਪਾਕਿਸਤਾਨ ਦੇ ਵਿੱਚ ਡੈਮਸ ਹੀ ਹੈ ਨਹੀਂ ਕੋਈ, ਮਤਲਬ ਜਿਹੜਿਆਂ ਨਹਿਰਾਂ ਦਾ ਨਦੀਆਂ ਦਾ ਪਾਣੀ ਇਹ ਨਾਲ ਲੈ ਕੇ ਆ ਰਿਹਾ ਸਾਰਾ। ਇਹ ਫਲੱਡ ਹੈ ਜਿਹੜਾ, ਇਹ ਸਾਰਾ ਆਇਆ ਪਹਾੜਾਂ 'ਚੋਂ। ਠੀਕ ਹੈ, ਪਹਾੜਾਂ ਦਾ ਪਾਣੀ ਜਿਹੜਾ ਉਹ ਮਤਲਬ ਬਾਰਿਸ਼ ਦੇ ਪਾਣੀ ਦੇ ਨਾਲ ਮਿਲ ਕੇ ਬਾਅਦ 'ਚੋਂ ਨਦੀਆਂ ਦਾ ਪਾਣੀ ਉਹ ਸਭ ਕੁਝ ਅੱਗੇ ਲੈ ਕੇ ਆ ਰਿਹਾ। ਦੇਖੋ ਜੀਓਗ੍ਰਾਫਿਕਲ ਇਹ ਦਿਖਾ ਰਿਹਾ ਵੀ ਪਹਿਲਾਂ ਕੀ ਸੀ ਅਤੇ ਹੁਣ ਕੀ ਬਣ ਗਿਆ ਹੋਇਆ। ਆਈ ਥਿੰਕ ਇਹ ਸੈਟੇਲਾਈਟ ਵਾਲਾ ਵਿਊ ਦਿਖਾ ਰਿਹਾ, ਉੱਥੇ ਵੀ ਇਹ ਚੀਜ਼ ਅਪਡੇਟ ਹੋ ਚੁੱਕੀ ਹੈ। ਗਾਈਜ਼ ਬਹੁਤ ਮਤਲਬ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਯਾਰ, ਇਸ ਟਾਈਮ 'ਤੇ ਆਪਦੀਆਂ ਧਾਰਮਿਕ ਚੀਜ਼ਾਂ ਨੂੰ ਦੂਰ ਛੱਡ ਕੇ ਇੱਕ ਇਨਸਾਨੀਅਤ ਦਾ ਜਿਹੜਾ ਰਸਤਾ ਅਪਣਾਓ ਅਤੇ ਚੰਗੇ ਕੰਮਾਂ ਲਿਜਾਓ ਪਲੀਜ਼। ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ, ਕਿਉਂਕਿ ਇੱਦਾਂ ਦੀਆਂ ਚੀਜ਼ਾਂ ਯਾਰ ਆ ਦੇਖੋ ਤੁਸੀਂ ਕਿੱਥੋਂ ਬਚ ਲਉਂਗੇ ਇਸ ਪਾਣੀ ਦੇ ਵਹਾਅ 'ਚੋਂ? ਕਿਹੜਾ ਹੀਰੋ ਹੈ ਜਿਹੜਾ ਉਹ ਫਿਲਮਾਂ 'ਚ ਹੀ ਹੁੰਦਾ ਸਭ ਕੁਛ, ਇਸ ਟਾਈਮ ਇੱਥੇ ਕੁਛ ਨਹੀਂ ਸੋਚਦਾ। ਸੋ ਪਲੀਜ਼ ਹੈਲਪ ਕਰੋ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ। ਐਂਡ ਤੁਸੀਂ ਆਹ ਨੰਬਰ ਦੇਖ ਲਏ ਜਾਂ ਪੇਟੀਐਮ ਕਰ ਸਕਦੇ ਹੋ, UPI ਕਰ ਸਕਦੇ ਹੋ, ਇੰਸਟੈਂਟ ਹੋ ਜਾਂਦਾ ਇਹਨਾਂ 'ਤੇ, ਬਾਕੀਆਂ 'ਤੇ ਟਾਈਮ ਲੱਗੇਗਾ। ਐਂਡ ਬਾਕੀ ਤੁਸੀਂ ਪੰਜਾਬੀ ਲਹਿਰ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹੋ, ਮੈਂ ਤੁਹਾਨੂੰ ਅੱਗੇ ਜਿਹੜੇ ਕੰਟੈਕਟਸ ਦੇ ਦੂੰਗਾ ਜਿੱਥੇ ਤੁਸੀਂ ਈਜ਼ੀਲੀ ਮਤਲਬ ਗੱਲਬਾਤ ਕਰ ਸਕਦੇ ਹੋ। ਇੰਨਾ ਹੀ ਆ, ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ। ਸਤਿ ਸ਼੍ਰੀ ਅਕਾਲ।